हाँ जी वीर जी, सुपर सीडर ना कोई फर्क पैंदा? बहुत फर्क है भाई। ये आम सुपर सीडर नालों इहदा की फर्क है? मैशे दी सफाई ज्यादा। किन्नी क फेर भी सफाई है? बहुत ज्यादा। देख रहे हो तुसीं इधर मैशे। आ जाओ मड़ा दिखायो। आयो नहीं, ये कहने फोटे है जी नाले भाई। ये कहते भी इन अब्बल तो वो चाहिए अपना गेयर स्लो, ये हाई स्पीड लगता ट्रैक्टर। नहीं भाई, ये जिदा बुल गेयर एक लगा है। हाँ जी, बहुत फर्क है। अच्छा जी, स्लो तुरदा सही है जी। बाकी उदा मैं देखा सफाई वधिया तुहाडे। अच्छा जी, उधर देखो दूसरे बने। दूसरे बने केड़ा आ? ਇਹ ਕਿਹੜੀ ਕੰਪਨੀ? ਨਹੀਂ ਉਹਦਾ ਸਫਾਈ ਤਾਂ ਵਧੀਆ ਦਿੱਤੀ ਆ ਐਵੇਂ ਕਿ। ਯਾਨੀ ਤੁਹਾਡੀ ਪਹਿਲੀ ਪਸੰਦ ਕਿਹੜੇ ਆ ਜੀ? ਠੀਕ ਆ ਜੀ। ਆਹ ਕਿਹੜਾ ਸੀਗਾ? ਅੱਛਾ, ਇਹ ਰੂਲਿਆਂ ਦਾ ਵੀ ਫਰਕ ਹੈ ਜੀ? ਇਹਦੇ ਵਿੱਚ ਭਾਜੀ ਡਬਲ ਰੂਲਾ ਆ। ਹਾਂਜੀ, ਇਹਦੇ ਵੀ ਤਵੇ ਵੀ ਕੱਟ ਵਾਲੇ ਆ। ਤੇ ਮੇਰੇ ਹਿਸਾਬ ਨਾਲ ਉਹ ਟਰੈਕਟਰ ਦੀ ਸਪੀਡ ਵੀ ਸਲੋ ਆ ਨਾ ਜੀ? किराए चवल मारी सी जे नहीं पता हुंदा जी किसी चीज दा। अच्छा जी, आ ट्रैक्टर बारे दसो, इहदे मगर नहीं गई सुपर सीडर पाया? कॉम्पीटिशन देखना भी किन्ना टायर कढ़दे आ उहदा, किन्ने क ट्रैक्टर पै गया सी ये वाला? ट्रैक्टर दे टायर मिल नहीं रहे जिहड़ा मॉडल मंगाउणा है। ਕਿਹੜਾ ਐਡਾ ਖਤਰਨਾਕ ਮਿਲਾਉਣਾ ਤੁਸੀਂ? ਮੇਰੇ ਸਾਹ ਨਾ ਅੱਗੇ ਤੁਸੀਂ ਕਹਿੰਦੇ 18,030 ਦੇ ਪਾਉਣੇ ਆ। ਹਾਂ, ਉਹ ਇੱਥੇ ਵਿਹਲੇ ਬੈਠੇ ਆ, ਬੂਟ ਬਾਟ ਪਾ ਕੇ ਤੁਰੇ ਫਿਰਦੇ ਆ, ਤੇ ਨਾਲ ਜਾ ਕੇ ਮਾੜਾ ਮੋਟੇ ਦਾਣੇ ਦੂਣੇ ਪਵਾ ਲਓ। ਹਾਂਜੀ, ਭੋਗ ਖਾ ਗਏ ਆ ਪਤਾ ਬੇਸਣ ਕਾ। ਹੋਰ ਦੱਸੋ ਬਾਈ, ਆ ਸੱਟਾਂ ਸੁੱਟਾਂ ਕਿੱਦਾਂ ਲੱਗੀਆਂ ਉਦਾਂ? ਬਾਈ ਉਹ ਮੋਟਰਸਾਈਕਲ ਤੋਂ ਡਿੱਗ ਗਿਆ ਸੀ। ਅੱਛਾ ਜੀ, ਬੱਜੀ ਕਿੰਨੇ ਕਿੰਨੇ ਕਿਸੇ ਦਾ ਬੁੜਾ ਚੱਕਤਾ ਸੀ? ਸੱਚੀ ਗੱਲ ਆ ਤੁਹਾਡੀ? ਅੱਛਾ ਜੀ ਭਾਈ, ਇੱਕ ਤੁਹਾਡੀ ਅੱਗੇ ਵੀ ਗੱਲ ਬੜੀ ਇੱਕ ਮਸ਼ਹੂਰ ਹੋਈ ਸੀਗੀ। ਨਹੀਂ ਨਹੀਂ ਭਾਈ, ਬਣਦੀ ਆ ਦੇਖੋ। ਚੱਲ ਛੱਡ ਦੇ। ਨਹੀਂ ਨਹੀਂ ਭਾਈ, ਗੱਲ ਸੁਣਿਓ, ਤੁਹਾਡੀ ਇੱਕ ਹੋਰ ਗੱਲ ਬੜੀ ਮਸ਼ਹੂਰ ਆ, ਕਹਿੰਦੇ ਪਟਾਕੇ ਵਜਾਉਣੋਂ ਨਹੀਂ ਹਟਦੇ ਤੁਸੀਂ। ਤੁਹਾਡੇ ਮੈਂ ਇੱਕ ਦੋ ਇੰਟਰਵਿਊਆਂ ਦੇਖੀਆਂ ਸੀ ਭਾਈ, ਨੇ ਪਟਾਕੇ ਨੀ ਚਲਾਏ ਜਿੱਦਾਂ, ਤੇ ਇੱਕ ਓਦਾਂ ਵੀ ਕਹਿੰਦੇ ਤੁਹਾਡਾ ਰਿਕਾਰਡ ਇਦਾਂ ਦਾ ਹੀ ਆ ਪਿੱਛੇ ਰਹੀ ਸਹੀ ਆ ਸਿਰਾ ਸਿਰਾ ਆ। ਤੇ ਤੁਸੀਂ ਕਹਿੰਦੇ ਹਜ਼ੂਰ ਸਾਹਿਬ ਨੂੰ ਵੀ ਗਏ ਸੀਗੇ ਜੀ? ਇੰਨੀ ਡੂੰਘੀ ਜਾਣਕਾਰੀ ਨੀ ਦੇਣੀ। ਨਹੀਂ ਫੇਰ ਵੀ ਕਿੰਨੇ ਟਾਈਮ ਚ ਪਹੁੰਚੇ? ਤੁਹਾਨੂੰ ਵੀ ਤਾਂ ਪਤਾ ਹੀ ਆ ਤੁਸੀਂ ਵੀ ਨਾ। ਉਹ ਨਹੀਂ, ਮੈਂ ਤਾਂ ਹੁਣ ਇੰਟਰਵਿਊ ਕਰ ਰਿਹਾ। ਤੂੰ ਕੌਣ ਹੁੰਦਾ ਪੁੱਛਣ ਵਾਲਾ? ਤੂੰ ਕੌਣ ਹੁੰਦਾ? ਤੇਰੇ ਜੀਜੇ ਦਾ ਭਰਾ ਆ, ਹਿਸਾਬ ਨਾ ਜੁੜੇ। ਦੱਸੋ ਫੇਰ ਕਿੰਨੇ ਘੰਟੇ ਪਹੁੰਚੇ ਸੀਗੇ? ਠੀਕ ਹੈ, ਰਾਜ ਕੋਈ ਦਿੱਕਤ ਆਈ ਹੋਵੇ? ਕੋਈ ਨੀ ਆਈ ਹੈ ਨਾ। ਐਵੇਂ ਲੋਕੀ ਕਹਿੰਦੇ ਰਾਜ ਬੰਦੇ ਪੈ ਜਾਂਦੇ, ਫਲਾਨਾ ਪੈ ਜਾਂਦਾ, ਹੋਇਆ ਕਦੀ ਕੁਛ? ਠੀਕ ਹੈ, ਉਦੋਂ ਆਪਾਂ ਨਾ ਟਰਾਲੀ ਚ ਬੈਠੇ ਰਹੇ ਸੀਗੇ, ਪਰ ਫੇਰ ਵੀ ਪਤਾ ਤਾਂ ਲੱਗਦਾ ਹੀ ਆ ਬੰਦੇ ਪੈ। ਨਹੀਂ ਇਹ ਤਾਂ ਗੱਲ ਬਾਕੀ ਮੰਨਣ ਵਾਲੀ ਹੈ, ਜਿੰਨਾ ਰੌਲਾ। ਤੇ ਤੇਲ ਕਿੰਨੇ ਕਿਹਦਾ ਲੱਗ ਗਿਆ ਸੀ? ਤੇਲ ਭਾਜੀ ਲੱਗ ਗਿਆ 60,000 ਦਾ। ਨਾਲੇ 70 ਦਾ ਨਹੀਂ ਸੀਗਾ ਜੀ? ਨਹੀਂ ਨਹੀਂ 70 ਜੀ, ਟਰੈਕਟਰ ਦਾ ਸਾਰਾ ਕੁਝ ਵਿੱਚ ਪਾ ਕੇ। ਅੱਛਾ ਜੀ, ਸਰਵਿਸ ਸਰਵਿਸ ਕਰਾ ਕੇ। ਸਹੀ ਆ, ਤੇ ਰਾਹ ਜੋ ਵੀ ਖਰਚਾ ਆਇਆ ਮਾੜਾ ਮੋਟਾ ਉਹ ਕਰਕੇ 70 ਲੱਗਾ। ਠੀਕ ਆ ਠੀਕ ਆ ਜੀ। ਹੋਰ ਦੱਸੋ ਤੁਸੀਂ ਵੀ, ਕੰਮ ਕਾਰ ਕਿੱਦਾਂ, ਸੈੱਟ ਚੱਲੀ ਜਾਂਦਾ? ਬਹੁਤ ਵਧੀਆ ਜੀ।
ਸੱਟਾਂ ਸੁੱਟਾਂ ਵਾਹਵਾ ਹੀ ਲਵਾ ਲੈਣੇ ਤੁਸੀਂ ਵੀ ਉਦਾਂ। ਹੁਣ ਜਦੋਂ ਭਾਜੀ ਉਹ ਮੋਟਰਸਾਈਕਲ ਇੱਕ ਖੜਾ ਆ, ਇਹਦੀ ਵੀ ਆਪਾਂ ਸ਼ੋਅ ਭੰਨਣੀ ਆ, ਕਦੋਂ ਕਦਾ ਕਹੋਗੇ ਇੱਦਾਂ ਕਰ ਦਿਆਂਗੇ ਛੇਤੀ ਮੂਰਤ ਉਹਦਾ ਵੀ। ਸਹੀ ਆ। ਅਤੇ ਆਹ ਟਰਾਲੀ ਦੇ ਧੁਰੇ ਦੀ ਬੜੀ ਗੱਲ ਅੱਗੇ ਚੱਲੀ ਸੀ, ਅਖੇ ਜੀ ਟਾਇਰ ਖੋਲ ਕੇ ਕਦੀ ਕਿਸੇ ਮੋਟਰਸਾਈਕਲ 'ਚ ਵੱਜ ਗਿਆ, ਕਦੀ ਕਿਸੇ 'ਚ ਵੱਜ ਗਿਆ। ਉਹ 'ਚ ਤੁਸੀਂ ਵੀ ਯੋਗਦਾਨ ਪਾਇਆ ਸੀਗਾ ਕਹਿੰਦੇ? ਭਾਜੀ ਆਪਾਂ ਨੇ ਯੋਗਦਾਨ ਪਾਇਆ। ਅੱਛਾ ਜੀ। ਉਹ ਬੰਦੇ ਹੋਰ ਆ ਧੂੜੀ ਆ। ਅੱਛਾ ਜੀ, ਕੀ ਨਾਂ ਆ ਉਹਨਾਂ ਧੂਗੜੀ ਵਾਲਿਆਂ ਦਾ? ਬਿਰਕ ਬਿਰਕ ਕਹਿੰਦੇ ਆ, ਥੋੜ੍ਹਾ ਜਿਹਾ ਇੱਕ ਮੈਂਟਲੀ ਪ੍ਰੋਬਲਮ ਸੀ, ਉਹਨੂੰ ਟਰਾਲੀ ਫੜਾਤੀ ਸੀ ਇੱਕ ਵਾਰ। ਅੱਛਾ ਅੱਛਾ। ਅਤੇ ਆਇਆ ਮੈਂ ਦਰਸ਼ਕਾਂ ਵੀਰਾਂ ਨੂੰ ਦਿਖਾਉਣ ਆਇਆ ਨਾ, ਟਰਾਲੀ ਦੇ ਟਾਇਰ ਹੈ ਹੀ ਨਹੀਂ। ਇਹ ਭਾਜੀ ਸਾਰਾ ਕਰਤਾ ਧਰਤਾ ਟਾਇਰ ਮਤਲਬ ਲਾਉਣ ਦੇ ਵਿੱਚ। ਤੁਸੀਂ ਇੱਧਰ ਆਇਓ ਭਾਈ, ਮਾੜੀ ਕਲੈਕਟੀ ਘੱਟ ਆਉਂਦੀ ਆ। ਨਹੀਂ ਸੱਚੀ ਗੱਲ ਇਹ 'ਚ ਮਜ਼ਾਕ ਨਹੀਂ। ਹਾਂਜੀ ਹਾਂਜੀ ਦੱਸੋ। ਹੈਗਾ ਬਿਰਕ ਹੋਰ ਹੀ ਉਹਦਾ ਮੈਂਟਲੀ ਪ੍ਰੋਬਲਮ ਹੈ ਉਹਨੂੰ। ਅੱਛਾ ਜੀ। ਉਹ ਬਾਬੇ ਨੂੰ ਵੀ ਕਿਤੇ ਬਾਜ ਬੂਜ ਮਾਰ ਕੇ ਕਹਿਲਾ ਹਿੱਲ ਪੀ ਲਾ। ਇਹ ਆਪ ਹੀ ਹਿੱਲਿਆ ਜੀ ਉਹ, ਫਿਰ ਧੂਗੜੀ ਵਾਲੀ ਹਿੱਲਿਆ ਜੀ। ਹਾਂਜੀ ਇਕੱਠੇ ਹੀ ਰਹਿੰਦੇ ਆ। ਬਾਕੀ ਦੇਖ ਲਾ ਬਾਬੇ ਨੇ ਜਦੋਂ ਤੁਹਾਡੀ ਇੰਟਰਵਿਊ ਦੇਖੀ ਮੁੜ ਕੇ ਉਹਨੇ ਕਰਨਾ ਚੁੰਕੀ ਬਸ ਆਵਾਜ਼ ਹੀ ਮਾਰਨੀ ਹੈ। ਹਾਂਜੀ ਹਾਂਜੀ ਇਹ ਤਾਂ ਭਾਈ ਤੁਹਾਡੀ ਗੱਲ ਮੰਨਣ ਵਾਲੀ ਆ। ਭਾਈ ਕਹਿੰਦੇ ਜਦੋਂ ਡਬਲ ਦੁਰਾ ਤੁਸੀਂ ਵੱਡੀ ਲੈ ਕੇ ਆਏ ਸੀ, ਤੁਹਾਡਾ ਉਹ 'ਚ ਸਭ ਤੋਂ ਵੱਡਾ ਯੋਗਦਾਨ ਸੀ, ਤੁਸੀਂ ਮੋਟਰਸਾਈਕਲ ਉੱਪਰ ਲੱਦ ਕੇ ਲੈ ਗਏ, ਉਹ ਕੀ ਸੀਗਾ ਸਾਕਦਾ ਦੱਸੋ? ਇੱਧਰ ਆਓ ਭਾਜੀ। ਭਰਾਵਾਂ ਦੀ ਮੰਗ ਸੀਗੀ ਟਰਾਲੀ ਤੇ ਟਰਾਲੀ ਜਿਹੜੀ ਉੱਤੇ ਮੋਟਰਸਾਈਕਲ ਕਹਿੰਦੇ ਸੀ ਰੱਖਣਾ। ਅੱਛਾ ਅੱਛਾ ਜੀ। ਅੱਛਾ ਪੂਰੀ ਕਰਤੀ। ਅੱਛਾ ਜੀ। ਤੇ ਆਪਣਾ ਦਿੱਲੀ ਵੀ ਭਾਜੀ ਗਏ ਸੀ? ਹਾਂਜੀ ਭਾਜੀ ਗਏ ਸੀ। ਤੇ ਕਹਿੰਦੇ ਜਦੋਂ ਛੱਬੀ ਨੂੰ ਚੱਕਰ ਪਿਆ ਉਦੋਂ ਤੁਸੀਂ ਗਏ ਹੀ ਨਹੀਂ, ਬਾਕੀ ਸਾਰੇ ਗਏ ਸੀਗੇ ਭਾਜੀ, ਕੰਮ ਪੈ ਗਿਆ ਸੀ ਆ ਗਏ ਸੀ ਭਾਜੀ। ਇੱਡਾ ਕਿਹੜਾ ਤੁਹਾਡਾ ਕੰਮ ਸੀ ਜਿਹੜਾ ਛੇਤੀ ਆ ਗਏ? ਘਰੇ ਥੋੜ੍ਹੀ ਜਿਹੀ ਕੰਮ ਸੀਗਾ। ਹਾਂ ਘਰੇ ਮੈਂਟਲੀ ਪ੍ਰੋਬਲਮ ਸੀ, ਤੁਹਾਨੂੰ ਦੱਸ ਰਹੇ ਹਾਂ ਬਿਰਕ ਜਿਹੜਾ ਮੈਂਟਲੀ ਪ੍ਰੋਬਲਮ ਵਾਲਾ। ਹਾਂਜੀ ਹਾਂਜੀ। ਪ੍ਰੋਬਲਮ ਵੱਧ ਗਈ ਸੀਗੀ। ਅੱਛਾ ਅੱਛਾ ਸਹੀ ਆ ਜੀ। ਨਹੀਂ ਬਸ ਨਹੀਂ ਆਪਾਂ ਪੂਰੀ ਇੰਟਰਵਿਊ ਕਰਨੀ ਆ, ਗਾਹ ਕੀ ਪਤਾ ਕਿਤੇ ਚੱਲ ਗਈ ਫੇ ਸੰਗਣ ਵਾਲੀ, ਕੋਈ ਗੱਲ ਨਹੀਂ ਇੱਥੇ ਯਾਰ। ਹੋਰ ਦੱਸੋ ਇੱਥੇ ਕਿੰਨੇ ਕੁ ਟਾਈਮ ਦੇ ਮੁੰਡੇ ਕੰਮ ਦੇ ਲਾਏ ਆ ਸਵੇਰ ਦੇ? ਇਹ ਭਾਜੀ ਭੇਜੇ ਤਾਂ 8 ਵਜੇ ਦੇ ਆ। ਹਾਂ ਪਹੁੰਚੇ ਇੱਥੇ 12 ਵਜੇ ਆ। ਅੱਛਾ ਜੀ, ਕੀ ਚੱਕਰ ਸੀ ਵੀ? ਤੇ ਆਪਾਂ ਭਾਜੀ ਉਹਦਾ ਭਾਈ ਉਹਦਾ ਟੋਰ ਟੂਰ ਕੱਢੇ ਤੇ ਤੁਸੀਂ ਵੀ ਉਹਦਾ ਸਿਰਾ ਲੱਗ ਰਹੇ ਆ, ਬਸ ਹਰਕਤਾਂ ਹੋਈਆਂ। ਹੋਰ ਸਹੀ ਆ ਜੀ। ਗਾਹ ਕੋਈ ਨਵਾਂ ਪਲੈਨ ਹੋਵੇ? ਆ ਪਿੱਛੇ ਜੇ ਕਹਿੰਦੇ ਤੁਸੀਂ ਟਰੈਕਟਰ ਵੀ ਬੜਾ ਦੜਾਉਂਦੇ ਸੀ, ਤੁਹਾਡਾ ਟਰੈਕਟਰ ਦੜਾਉਣ 'ਚ ਬੜਾ ਨਾਂ ਵਾ ਚੱਲਦਾ। ਉਹ ਆਪਣਾ ਭਰਾ ਆ ਜੀ ਤਰਜਿੰਦਰ ਸਿੰਘ। ਨਹੀਂ 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 ਉਹ ਵਾਲੀ ਗੱਲ ਨਹੀਂ, ਜਿਹੜਾ ਤੁਹਾਨੂੰ ਜਦੋਂ ਕਹਿੰਦੇ ਹੁੰਦੇ ਵੀ ਭਾਜੀ ਹੌਲੀ ਚਲਾ ਲਓ ਹੌਲੀ ਚਲਾ ਲਓ, ਪਰ ਆਪਾਂ ਕਦੀ ਕੀਤਾ ਨਹੀਂ ਹੌਲੀ। ਮਾੜਾ ਮੋਟਾ ਹੁਣ ਬੰਦਾ ਭਜਾ ਹੀ ਰਹਿੰਦਾ ਜੀ, ਰੇਸ ਖੁੱਲੀ ਆ ਤੇ ਹਾਂ ਵੀ ਬਹੁਤੀ ਰੇਸਾਂ ਖੋਲਣੀ ਹੀ ਪੈਂਦੀ ਆ। ਸਹੀ ਆ ਜੀ। ਪਟਾਕੇ ਪਟੂਕੇ ਕਿੱਦਾਂ ਸਿਰਾ ਚਲਾਉਂਦੇ ਆ ਜੀ? ਭਾਜੀ ਆਉਣ ਨੂੰ ਲੋਕ ਕੱਲ੍ਹ ਇੱਧਰੋਂ ਤੁਹਾਡਾ ਉਹ ਕੰਮ ਹੋ ਜਾਂਦਾ ਨਾ ਵੀ ਸਿਰ ਮੂੰਹ ਇੱਧਰ ਨੂੰ ਰੱਖਿਓ ਥੋੜ੍ਹਾ ਜਿਹਾ ਫਿਰ ਉਹ। ਹਾਂਜੀ ਹੁਣ ਪਟਾਕੇ ਫਿਰ ਬਜਾਏ ਲੈ ਜੀ। ਠੀਕ ਹੈ ਜੀ। ਆਹ ਟਰੈਕਟਰ ਦੇ ਨਹੀਂ ਹੁਣ ਆਪਾਂ ਪਟਾਕੇ ਪਟੂਕਿਆਂ ਲਈ ਕਾਇਮ ਕਰਨਾ? ਪਹਿਲੀ ਇੰਟਰਵਿਊ ਆ ਵੀ ਉਹਦੇ ਕੋਈ ਨੀ ਲੱਗੇ। ਹਾਂਜੀ ਹੁਣ ਦੱਸੋ ਟਰੈਕਟਰ ਬਾਰੇ ਕੋਈ, ਮੋਹਰੇ ਕਿਹੜੇ ਟਾਇਰ ਪਾਏ ਆ? ਡਰਦੇ ਕਾਹਦੀ ਆ, ਕਦੇ ਨੀ ਤੋਪ ਚੱਲਣ ਲੱਗੀ। ਬੀਕੇਡੀ ਦੇ ਕਿੰਨਾ ਨੰਬਰ? ਮੈਨੂੰ ਲੱਗਦਾ ਤੁਸੀਂ ਪਵਾ ਕੇ ਘਸਾ ਵੀ ਸਿੱਟੇ ਆ। ਹਾਂਜੀ ਹਾਂਜੀ ਹਾਂਜੀ। ਕਿੰਨਾ ਨੰਬਰ ਆ ਜੀ? ਇਹ 9-5-28 ਨੰਬਰ ਆ ਜੀ। ਹਾਂਜੀ ਤੇ ਇਹ ਕਿੰਨੇ 'ਚ ਪਏ ਸੀਗੇ? ਇਹ ਭਾਜੀ ਉਦੋਂ ਪਏ ਸੀਗੇ ਜੀ 15,000 ਦੇ। ਕਿਉਂ ਝੂਠ ਬੋਲਦਾ ਜੀ, ਨਾਲ ਗਏ 13,000 ਦੇ ਸੀਗੇ। 2,000 ਹੀ ਵੱਧ। ਠੀਕ ਇੰਟਰਵਿਊ ਵਾਲਾ ਇੱਥੋਂ ਤੋਂ ਹਾਂ ਇਹ ਘਰ ਦਾ ਇੰਟਰਵਿਊ ਆ ਨਾ। ਤੇ ਆਪਣੇ ਆ ਉਹ ਕੀ ਥੱਲੇ ਆ ਨੀਲਾ ਜਿਹਾ? ਮਗਲੇ ਟਾਇਰ ਤੁਸੀਂ ਕਿਹੜੇ ਪਵਾਏ ਆ? ਆਜੋ ਨੇੜੇ ਆ ਕੇ ਦੱਸੋ, ਕਿਤੇ ਨੀ ਗੋਲੀ ਚਲਾਉਣ ਲੱਗਾ। ਆਜੋ ਆਜੋ ਇਹ ਚੱਕ ਲੈਂਦਾ ਜੀ। ਆ ਦੇਖੋ 1600 ਵਾਕੇ ਵੀ ਸ਼ੌਂਕੀ ਨੇ ਜ਼ਰਾ ਲਾਇਆ ਪਿਆ।
ਠੀਕ ਆ ਜੀ। ਤੇ ਆ ਜਿੱਦਾਂ ਆਪਣੇ ਆ ਹੁੱਡ ਕਿੰਨੇ ਕਿੰਚ ਪੈ ਜਾਂਦੀ ਆ, ਇਹ ਕਿੱਥੋਂ ਲਵਾਈ ਸੀ ਹੁੱਡ? ਉਦਾਂ ਇਹ ਭਰਾਇਆ ਜੀ ਆਪਣਾ ਮੋਨੂ। ਨਹੀਂ 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 ਸੱਚੀ ਦੱਸ, ਇਹ HS ਵਾਲੇ ਦੀ ਲੱਗੀ ਆ? ਹਾਂ ਇਹ HS ਵਾਲੇ ਦੀ ਲੱਗੀ ਆ ਭਾਜੀ ਹੁੱਡ। ਹਾਂ ਜੀ ਇਹ ਪੈ ਗਈ ਸੀ ਭਾਜੀ ਆਪਾਂ ਨੂੰ ਇੱਧਰ ਸਾਈਡ ਆ ਜਾ ਭਾਜੀ, ਫੋਟੋ ਖਰੀ ਆਉਂਦੀ ਆ ਬਾ ਤੁਹਾਡਾ ਜ਼ਖਮੀ ਹਾਲਤ ਜੀ, ਜਾਂ ਮੂੰਹ ਐਨੂੰ ਕਰਕੇ ਗੱਲ ਕਰ ਲਓ ਜ਼ਖਮੀ ਦੱਸੋ ਵੇ। ਭਾਜੀ ਪੈ ਗਈ ਸੀ ਉਦੋਂ ਜੀ ਆਪਾਂ ਨੂੰ 15-16 ਕੇ ਸਾਰਾ ਕੰਪਲੀਟ। ਤੇ ਕਿੰਨ ਜਾਣੀ ਕਿ ਆਪਣੇ ਜੇ ਗਾਂ ਡੈਕ ਡੁੱਕ ਲਵਾਉਣਾ ਹੋਵੇ ਕਿਹਨੂੰ ਤੁਸੀਂ ਕਿੰਨ ਪਸੰਦ ਜ਼ਿਆਦਾ ਕਰਦੇ ਆ ਭਾਜੀ? HS ਜਾਣੀ ਕਿ HS ਨੂੰ ਤੁਸੀਂ ਪਸੰਦ ਕਰਦੇ? ਇਹ ਕਿੱਥੇ ਕਿ ਦੁਕਾਨ ਹੈ ਇਹਦੀ? ਕਰਤਾਰਪੁਰ ਹੈ ਜੀ। ਅੱਛਾ ਜੀ ਤੇ ਹੁਣ ਭਾਈ ਠੀਕ ਹੈ, ਆਹ ਰੂਟਾਵੀਟਰ ਬਾਰੇ ਦੱਸੋ, ਇਹ 'ਚ ਕੋਈ ਖਾਸ ਜਿਹੜੀ ਚੀਜ਼ ਹੈ ਦੂਜਿਆਂ ਦੇ ਹੈ ਨਹੀਂ? ਚਲੋ ਸਾਨੂੰ ਹੁਣ ਖਾਧੀ ਪੀਤੀ ਉਰੇ ਪਰੇ ਹੋ ਜਾਂਦਾ ਕੰਮ। ਅੱਛਾ ਸੁਪਰ ਸੀਡਰ ਹੈ। ਹਾਂ ਜੀ ਹਾਂ ਜੀ ਦੱਸੋ ਵੀ ਇਹ 'ਚ ਕੀ ਖਾਸ ਆ? ਕਿੰਨੇ ਦੇ ਬੰਨਿਆ ਤੁਸੀਂ ਇਹ ਭਾਜੀ? ਆਪਣੀ ਮਰਜ਼ੀ ਹੈ ਜਿਹਨੇ ਤੁਸੀਂ ਕਿੰਨੇ ਦੇ ਬੰਨਿਆ ਇਹ ਦੱਸੋ। ਨਹੀਂ ਨਹੀਂ ਕੁਛ ਨਹੀਂ ਦੱਸੋ ਕਿੰਨੇ ਦੇ ਬੰਨਿਆ ਭਾਜੀ? ਹਾਂਜੀ ਕਾਰੋਬਾਰੀ ਬਹੁਤ ਤਕੜਾ ਸਾਡਾ, ਹੁਣ ਕੀ ਕਹਿ ਸਕਦੇ ਆ। ਤੇ ਇਹ ਚ ਹੋਰ ਕੀ ਖਾ ਦੇ? ਕਰੂਲੇ ਦੀ ਗੱਲ ਕਰਦੇ ਸੀ, ਉਹ ਬਾਬੇ ਵਾਲੇ ਦੇ ਸੁਪਰ ਸੀਡਰ ਦੀ ਤੂੰ ਬੇਇੱਜ਼ਤੀ ਕਰਨ ਡਿਆ ਸੀ ਉਹ ਚ ਕੀ ਕਿਹੜਾ? ਹਾਂਜੀ ਬਾਬੇ ਦੇ ਵੀ ਦੋ ਨਿਕਲੇ ਦੇਖ ਲੈ, ਜੁੱਤੀ ਬਹੁਤ ਪੈਂਦੀ ਆ ਦੋ ਆ ਸਾਲਿਆ, ਸੋਰੀ ਗਾਲ ਨਿਕਲ ਗਈ ਇੰਨੀ ਕੁ ਸੁਭਾਅ ਵਗਿਆ। ਹੋਰ ਦੱਸੋ ਇਹ ਨਵੇਂ ਮਾਡਲ ਜਿਹੜੇ ਆਉਂਦੇ ਉਹਨਾਂ ਚ ਕੀ ਸੁਧਾਰ ਕੀਤੀ ਮਗਰ ਰੂਲੇ ਦੀ? ਚਪੇੜਾ ਨਾ ਖਾ ਲਈ ਨਵੇਂ ਚ, ਇਹਦੇ ਸਪਰਿੰਗ ਲਾਏ ਆ। ਤੇ ਹੋਰ ਕੀ ਹੁਣ ਸੁਧਾਰ ਨੂੰ ਉਹ ਕੀ ਟੀਡਾ ਕਰਕੇ ਲਾ ਲੈਣਾ? ਸੋਰੀ ਜੀ ਏਦਾਂ ਗੁੱਸਾ ਚੜ ਜਾਂਦਾ ਮੈਨੂੰ ਤੁਹਾਡੀ ਕਈ ਗੱਲਾਂ ਦੇ। ਨਹੀਂ 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 ਉਹ ਗੁੱਸਾ ਨਹੀਂ ਉਸਤਾਦ ਜੀ, ਓਏ ਆ ਜਾ ਓਏ ਆ ਜਾ, ਕਈ ਵਾਰ ਨਹੀਂ ਕਰਨਾ ਆ ਜਾ ਚੱਲ ਗੱਲ ਸੁਣ ਆ ਜੀ, ਜੋ ਆਪਣਾ ਸ਼ੌਂਕੀ ਵੀਰ ਹੈ ਡਰ ਗਿਆ ਆ ਹੁਣ ਐਵੀ ਲੁਕਣਮੀ ਜਾ ਖੇਡਣ ਲੱਗ ਪਿਆ। ਬਾਕੀ ਜਿੱਦਾਂ ਦੀ ਵੀ ਹੋਈ ਭਰਾ ਮੇਰੇ ਲਾਈਕ ਕਮੈਂਟ ਸ਼ੇਅਰ ਸ਼ੌਂਕੀ ਦੇ ਨਾਲ ਕਰਨਾ ਕਮੈਂਟ ਸ਼ੌਂਕੀ ਭਾਈ ਦਾ ਜ਼ਰੂਰ। ਉਹ ਦੇਖੋ ਚੂਹੀ ਵਾਂਗੂ ਹੁਣ ਲੁਕਦਾ ਫਿਰਦਾ ਭਾਜੀ, ਕੌਣ ਆ ਕੈਮਰਾ ਹੀ ਆ। ਚੱਲ ਫਿਰ ਬਾਏ ਬਾਏ ਤਾਂ ਕਹਿ ਜਾ।